ਪੂਰੀ ਦੁਨੀਆ ਵਿੱਚ ਪੈਰ ਪਸਾਰ ਚੁੱਕੇ ਕੋਰੋਨਾ ਵਾਇਰਸ ਨੇ ਹਜ਼ਾਰਾਂ ਲੋਕਾਂ ਨੂੰ ਮੌਤ ਦੀ ਨੀਂਦ ਸਵਾ ਦਿੱਤਾ। ਚੀਨ ਦੇ ਇੱਕ ਸੂਬੇ ਵਿੱਚੋਂ ਸ਼ੁਰੂ ਹੋਈ ਇਹ ਮਹਾਮਾਰੀ ਅੱਜ ਪੂਰੀ ਦੁਨੀਆ 'ਚ ਪੈਰ ਪਸਾਰ ਚੁੱਕੀ ਹੈ। ਭਾਰਤ ਵਿੱਚ ਹੁਣ ਤੱਕ 114 ਮਾਮਲੇ ਪੋਜ਼ਿਟਿਵ ਪਾਏ ਗਏ ਹਨ। ਮੀਡੀਆ ਵੱਲੋਂ ਬਣਾਏ ਜਾ ਰਹੇ ਡਰ ਦੇ ਮਾਹੌਲ ਦਰਮਿਆਨ ਸਾਡੀ ਇਹ ਅਪੀਲ ਹੈ ਕਿ ਡਰਨ ਦੀ ਲੋੜ ਨਹੀਂ, ਬੇਸ਼ੱਕ ਸਾਵਧਾਨੀ ਵਰਤਣੀ ਜ਼ਰੂਰੀ ਹੈ। ਤਾਂ ਇਸ ਦਰਮਿਆਨ ਕਈ ਜਥੇਬੰਦੀਆਂ ਵੱਲੋਂ ਆਪੋ ਆਪਣੇ ਪੱਧਰ ਉੱਪਰ ਕੋਰੋਨਾ ਵਾਇਰਸ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉੱਤਰਾਖੰਡ ਵਿੱਚ ਸਿੱਖ ਜਥੇਬੰਦੀ ਵੱਲੋਂ ਸਥਾਨਕ ਹਸਪਤਾਲ ਵਿੱਚ ਪਹੁੰਚ ਲੋਕਾਂ ਨੂੰ ਮਾਸਕ ਵੰਡੇ ਗਏ ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਉਡਾਈਆਂ ਜਾ ਰਹੀਆਂ ਅਫਵਾਹਾਂ ਦੇ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਇਤਿਹਾਸ ਵਰਤਣਾ ਔਰ ਜੋ ਹੱਥ ਮਿਲਾਉਣਾ ਹੈ ਉਹ ਤੋਂ ਲੋਕਾਂ ਨੇ ਨਮਸਤੇ ਕਰਨਾ ਸ਼ੁਰੂ ਕਰ ਰਿਹਾ ਹੈ, ਥੋੜ੍ਹਾ ਹਲਕਾ ਸਾ ਆਪਣਾ ਡਿਸਟੈਂਸ ਬਣਾਏ। ਜੋ ਵੀ ਮਰੀਜ਼ ਕੋ ਸਰਦੀ ਜ਼ੁਕਾਮ ਇਸ ਤਰ੍ਹਾਂ ਕਾ ਸਿੰਪਲ ਬੁਖਾਰ ਉਖਾਰ ਵੀ ਹੋਤਾ ਹੈ ਉਹ ਆਪਣਾ ਮਾਸਕ ਯੂਜ ਕਰ ਲੇ ਤਾਂ ਕਿ ਉਹ ਬਿਮਾਰੀ ਫੈਲਣੇ ਸੇ ਰੁਕੇ। ਇਤਿਹਾਸ ਹੀ ਇਸਕਾ ਉਪਾਏ ਹੈ ਔਰ ਇਸਕਾ ਬਚਾਓ ਵੀ ਹੈ। ਮੇਰਾ ਇਹੀ ਕਹਿਣਾ ਕਿ ਡਰਨੇ ਕੀ ਜ਼ਰੂਰਤ ਨਹੀਂ, ਆਪਣਾ ਆਪਣੀ ਸੁਰੱਖਿਆ ਔਰ ਦੂਸਰੇ ਕੀ ਸੁਰੱਖਿਆ ਕਾ ਖਿਆਲ ਰੱਖੇ, ਇਤਿਹਾਸ ਵਰਤੇ, ਸਭ ਠੀਕ ਹੈ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਗੁਰਦੁਆਰਿਆਂ ਵਿੱਚ ਖਾਸ ਇੰਤਜ਼ਾਮ ਕੀਤੇ ਜਾ ਰਹੇ ਨੇ। ਖਾਸ ਕਰ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਵਾਸਤੇ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। DSGMC ਵੱਲੋਂ ਜਾਰੀ ਤਾਜ਼ਾ ਦਿਸ਼ਾ ਨਿਰਦੇਸ਼ਾਂ ਤਹਿਤ ਵਿਦੇਸ਼ੀ ਨਾਗਰਿਕ ਜਿਨ੍ਹਾਂ ਨੇ ਦੇਸ਼ ਵਿੱਚ ਹਾਲੇ 15 ਦਿਨਾਂ ਦੀ ਰਿਹਾਇਸ਼ ਨਹੀਂ ਕੀਤੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਆਉਣ ਤੋਂ ਰੋਕਣ ਦਾ ਫੈਸਲਾ ਲਿਆ ਗਿਆ ਹੈ। ਗੁਰਦੁਆਰਾ ਸਾਹਿਬ ਵਿੱਚ ਆਉਣ ਵਾਲੇ ਸਹਿਜਧਾਰੀ ਸਿੱਖਾਂ ਸਮੇਤ ਹੋਰਨਾਂ ਨੂੰ ਹਦਾਇਤ ਹੈ ਕਿ ਉਹ ਸਿਰ ਢੱਕਣ ਲਈ ਆਪਣਾ ਰੁਮਾਲ ਆਪਣੇ ਨਾਲ ਲੈ ਕੇ ਆਉਣ ਅਤੇ ਪ੍ਰਸ਼ਾਦ ਮੇਨ ਲੰਗਰ ਹਾਲ ਤੋਂ ਹੀ ਗ੍ਰਹਿਣ ਕਰਨ। ਇਸ ਦੇ ਨਾਲ ਹੀ ਲੰਗਰ ਵਿੱਚ ਖੁੱਲੀਆਂ ਸਬਜ਼ੀਆਂ ਦੀ ਥਾਂ ਪੈਕਟ ਬੰਦ ਚਾਵਲ ਅਤੇ ਦਾਲਾਂ ਬਣਾਉਣ ਦਾ ਹੀ ਫੈਸਲਾ ਲਿਆ ਗਿਆ। DSGMC ਮੁਖੀ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕੋਰੋਨਾ ਵਾਇਰਸ ਨੂੰ ਵੇਖਦਿਆਂ ਗੁਰਦੁਆਰਾ ਸਾਹਿਬ ਵਿੱਚ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ। ਜੀ ਬਿਲਕੁਲ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਹ ਫੈਸਲਾ ਲਿਆ ਹੈ। ਇੱਕ ਤੋਂ ਜੋ ਵਿਦੇਸ਼ੀ ਸੈਲਾਨੀ ਆਤੇ ਹੈ ਉਨਕੋ 15 ਦਿਨ ਕਾ ਕਮ ਸੇ ਕਮ ਗਾਇਬ ਹੋਣਾ ਚਾਹੀਏ, ਜਬ ਇਸ ਦੇਸ਼ ਮੈਂ ਆਏ ਹੋ ਤਬ ਵੀ ਉਹ ਗੁਰਦੁਆਰਾ ਮੈਂ ਆ ਕੇ ਦਰਸ਼ਨ ਕਰ ਸਕਤੇ ਹੈ ਔਰ ਉਸਕੇ ਬਿਨਾ ਉਨਕੋ ਗੁਰਦੁਆਰੇ ਮੈਂ ਆਨੇ ਕੀ ਇਜਾਜ਼ਤ ਨਹੀਂ ਹੋਗੀ, ਕਿਉਂਕਿ ਇਹ ਕੋਰੋਨਾ ਵਾਇਰਸ ਵਿਦੇਸ਼ ਸੇ ਆ ਰਹਾ ਹੈ, ਬਾਹਰ ਸੇ ਆ ਰਹਾ, ਔਰ ਹਮ ਨਹੀਂ ਚਾਹਤੇ ਕਿ ਗੁਰਦੁਆਰੇ ਕੇ ਅੰਦਰ ਕਿਸੇ ਵੀ ਤਰੀਕੇ ਕੀ ਇਸ ਬਿਮਾਰੀ ਕਿਸੇ ਕਾਰਨ ਕਿਸੇ ਕਾ ਨੁਕਸਾਨ ਹੋ। ਇਸਕੇ ਸਾਥ ਹਮਨੇ ਇਹ ਵੀ ਤੈਅ ਕੀਆ ਕਿ ਜੋ ਸਿਰ ਪਰ ਪਟਕਾ ਬਾਂਧਾ ਜਾਤਾ ਹੈ ਵੋ ਵੀ ਲੋਕ ਆਪਣੇ ਘਰ ਸੇ ਲਾਏਂਗੇ, ਹਮ ਉਨਕੋ ਮੁਹੱਈਆ ਨਹੀਂ ਕਰਾਏਂਗੇ। ਹਮ ਇਸਕੋ ਗੁਰਦੁਆਰਾ ਸਾਹਿਬ ਕੇ ਅੰਦਰ ਲੰਗਰ ਵੀ ਜੋ ਹੈ ਵੋ ਵੀ ਹਮਨੇ ਤੈਅ ਕੀਆ ਕਿ ਬਾਹਰ ਸੇ ਕੋਈ ਸਬਜ਼ੀ ਫਲ ਫਰੂਟ ਨਹੀਂ ਆਏਗਾ, ਜੋ ਅੰਦਰ ਸਮਾਨ ਹੈ ਹਮਾਰੇ ਪਾਸ ਰਾਸ਼ਨ ਕੇਵਲ ਉਸੀ ਕਾ ਲੰਗਰ ਬਣਾਇਆ ਜਾਏਗਾ ਤਾਂ ਕਿ ਬਾਹਰ ਸੇ ਕੋਈ ਚੀਜ਼ ਨਾ ਕਿਸੇ ਤਰੀਕੇ ਕੇ ਵੀ ਇਸਕੇ ਕੀਟਾਣੂ ਨਾ ਆਏ ਔਰ ਇਸਕੇ ਲੀਏ ਹਮਨੇ ਇਸਕੋ ਸਾਰੇ ਗੁਰਦੁਆਰਾ ਸਾਹਿਬ ਕੋ ਦੁਬਾਰਾ ਸੇ ਇੱਕ ਇੱਕ ਹਰ ਘੰਟੇ ਬਾਅਦ ਹਮ ਇਸਕੋ ਸਟੇਰਲਾਈਜ਼ ਕਰਨੇ ਕੇ ਲੀਏ ਇੱਕ ਘੰਟੇ ਬਾਅਦ ਇਸਕੋ ਸਫਾਈ ਕਾ ਅਭਿਆਨ ਹਮਨੇ ਸ਼ੁਰੂ ਕੀਆ ਹੈ, ਰੇਲਿੰਗਸ ਕੇ ਲੀਏ, ਹਾਥੋਂ ਕੇ ਲੀਏ ਔਰ ਸਭ ਸੇਵਾਦਾਰੋਂ ਕੋ ਹਦਾਇਤ ਦੀ ਹੈ ਕਿ ਹਰ ਇੱਕ ਘੰਟੇ ਬਾਅਦ 20 ਸੈਕਿੰਡ ਕੇ ਲੀਏ ਆਪਣਾ ਹੱਥ ਧੋਏਂਗੇ, ਚਾਹੇ ਉਹ ਲੰਗਰ ਮੇਂ ਹੋ, ਚਾਹੇ ਉਹ ਅੰਦਰ ਹੋ, ਚਾਹੇ ਉਹ ਬਾਹਰ ਹੋ। ਹਮਾਰੀ ਕੋਸ਼ਿਸ਼ ਹੈ ਇਸ ਕੋਰੋਨਾ ਵਾਇਰਸ ਕੋ ਰੋਕਨੇ ਮੇਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਗੁਰਦੁਆਰੇ ਵੀ ਦੇਸ਼ ਕੇ ਲੋਕਾਂ ਕਾ ਸਾਥ ਦੇ। ਤਾਂ ਉਧਰ ਕੋਰੋਨਾ ਦੇ ਅਸਰ ਅਧੀਨ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਸਰੋਵਰ ਦੀ ਸਫਾਈ ਲਈ ਆਰੰਭੀ ਜਾਣ ਵਾਲੀ ਕਾਰ ਸੇਵਾ ਟਾਲ ਦਿੱਤੀ ਗਈ ਹੈ। ਆਖਰੀ ਵਾਰ ਸਰੋਵਰ ਦੀ ਸਫਾਈ 1974 ਵਿੱਚ ਹੋਈ ਸੀ। 44 ਵਰ੍ਹਿਆਂ ਬਾਅਦ ਸਰੋਵਰ ਦੀ ਸਫਾਈ ਦੀ ਸੇਵਾ ਨੂੰ ਫਿਲਹਾਲ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਅੱਗੇ ਪਾ ਦਿੱਤਾ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਜੋ ਪਾਵਨ ਸਰੋਵਰ ਦੀ ਕਾਰ ਸੇਵਾ ਮਿਤੀ 17 ਦਿਨ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਸੀ। ਇਹ ਸੇਵਾ ਨੂੰ ਲੈ ਕੇ ਸੰਗਤਾਂ ਅੰਦਰ ਭਾਰੀ ਉਤਸ਼ਾਹ ਸੀ, ਸੰਗਤਾਂ ਦੀ ਬਹੁਤ ਭਾਵਨਾ ਸੀ, ਚਾਉ ਸੀ ਸੇਵਾ ਕਰਨ ਦਾ। ਪਰ ਜਿਹੜਾ ਆਹ ਕੁਛ ਪਿਛਲੇ ਦਿਨਾਂ ਤੋਂ ਕੋਰੋਨਾ ਵਾਇਰਸ ਦਾ ਚਾਰੇ ਪਾਸੇ ਫੈਲਿਆ ਹੋਣ ਦੇ ਕਾਰਨ ਸਰਕਾਰ ਵੱਲੋਂ ਵੀ ਜਿਹੜਾ ਹੈ ਜਨਤਕ ਇਕੱਠਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਮੌਲ ਆਦਿਕ ਜਿਹੜੇ ਨੇ, ਥੀਏਟਰ ਆਦਿਕ ਜਾਂ ਵਿੱਦਿਅਕ ਅਦਾਰੇ, ਉਹ ਸਾਰੇ ਬੰਦ ਕਰ ਦਿੱਤੇ ਗਏ ਨੇ ਲੋਕਾਂ ਦੀ ਸਿਹਤ ਨੂੰ ਲੈ ਕਰਕੇ। ਸੋ ਸਾਰੀਆਂ ਤਿਆਰੀਆਂ ਜਿਹੜੀਆਂ ਸਨ ਉਹ ਮੁਕੰਮਲ ਹੋ ਚੁੱਕੀਆਂ ਸਨ, ਪਰ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਵਿਚਾਰ ਆਇਆ, ਕੁਝ ਸੰਗਤਾਂ ਵੱਲੋਂ ਵੀ ਵਿਚਾਰ ਆਏ ਕਿ ਕਿਉਂ ਨਾ ਆਪ ਵੀ ਇਸ ਸੇਵਾ ਨੂੰ ਲੈ ਕੇ ਕੁਝ ਸਮੇਂ ਲਈ ਤੁਸੀਂ ਮੁਲਤਵੀ ਕਰ ਦਿਓ, ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਅਜਿਹੀ ਗੁਰੂ ਘਰ ਵੱਲੋਂ ਵੀ ਕੋਈ ਐਸਾ ਮੈਸੇਜ ਨਾ ਜਾਵੇ ਕਿ ਇਹਨਾਂ ਨੇ ਇਸ ਚੀਜ਼ ਦਾ ਧਿਆਨ ਨਹੀਂ ਰੱਖਿਆ। ਇਹ ਸਾਰੀਆਂ ਗੱਲਾਂ ਨੂੰ ਵਿਚਾਰਦੇ ਹੋਏ ਜਿਹੜਾ ਹੈ ਸਾਰਿਆਂ ਦੇ ਹਿੱਤ ਨੂੰ ਮੁੱਖ ਰੱਖਦਿਆਂ, ਸੰਗਤਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਹੋਇਆਂ ਜਿਹੜਾ ਹੈ ਇਹ ਫੈਸਲਾ ਲਿਆ ਗਿਆ ਸਾਰਿਆਂ ਵੱਲੋਂ ਸੋਚ ਵਿਚਾਰ ਕਰਕੇ ਕਿ ਕੁਝ ਸਮੇਂ ਲਈ ਸੇਵਾ ਨੂੰ ਮੁਲਤਵੀ ਕਰ ਦਿੱਤਾ ਜਾਵੇ ਅਤੇ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਜਿਹੜੀ ਤਰੀਕ ਹੈ ਉਹ ਨੀਯਤ ਕਰਕੇ ਸੰਗਤਾਂ ਨੂੰ ਦੱਸ ਦਿੱਤੀ ਜਾਵੇਗੀ। ਇਸ ਦੇ ਅਸੀਂ ਸਮੂਹ ਸੰਗਤ ਕੋਲੋਂ ਮਾਫ਼ੀ ਵੀ ਮੰਗਦੇ ਹਾਂ ਕਿਉਂਕਿ ਸੰਗਤਾਂ ਅੰਦਰ ਚਾਉ ਸੀ, ਭਾਵਨਾ ਸੀ ਸੇਵਾ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
गुरु प्यारी साध संगत जी, वैसे तो बाबा जी ने सारा कुछ बाबा हेड ग्रंथी जी उन्होंने दस ही दिता है। चलो कार से वाले महापुरशां वालों दास की ड्यूटी है, इतने बाबा अमरीत सिंह वालों लगी है। और यहाँ से संगत ने ध्यान जो कि गल दसनी जरूरी सी भी सानू कुछ प्रशासन ने कुछ संगत ने बाहरों कई जगह इतों ही फोन आए हैं संगत के भी बाबा जी भी यह सेवा अगे पाई जाए भी जे कोई अजक बीमारियां तो वैसे ही लोगों को बहुत चंबड़िया ने भी इतों कोई भी गुरु घरों कोई एवं का मैसेज टुर गया तो लोगों ने जोड़े विरोधी ने गुरु घर के वो थोड़े लुंगला करे। इस करके असी अगे वास्ते थोड़ा जहा अगे पाता काम सेवा तो गुरु साहब की मुड़ तो ही चलती रही चलती रहनी। जंगा युद्धा के टाइम भी कुछ टाइम बंद हो जाती थी तो फिर सिंह आ सेवा कर लग जाते हैं तो सेवा इस तरह ही चलती रहनी है। तो हूँ जोड़ा कल वाला टाइम से वो थोड़ा अगे करता है भी जेडे गुरु घर के विरोधियों कोई साढ़े वाल उंगल करने का मौका ना मिले। इस करके बाबा अमरीत सिंह वालों संगतों को बेनती है दास में ड्यूटी लाई सी भी ये तुम संगतों को दस दौ जी गल। वाहेगुरू जी का खालसा वाहेगुरू जी की फतह। ग्लोब एडवाइस ओवरसीज एजुकेशन ते इमीग्रेशन कंपनी हैगी है, सानू 35 साल का एक्सपीरियंस है। असी बच्चों उन्होंने प्रोग्राम सिलैक्शन ते स्कॉलरशिप्स विच हेल्प करने हैं। असी बच्चों अप टू 50 लाख तक स्कॉलरशिप्स लैके दित्तियां हुई ने। असी बच्चों के वीज़ा LORs SOPs हेल्प करने हैं ते पोस्ट लैंडिंग सर्विसिज़ विच एयरपोर्ट पिकअप ते उन्हां दी टेंपरेरी एकोमोडेशन का इंतजाम भी करने हैं।